सत श्री अकाल, मैं तुहाडा लखविंदर सिंह जी। आप जी मेरे चैनल ते नवे आए हो ते मेरे चैनल नूं सबसक्राइब कर लो, वैल आइकन दा बटन दबा दो ताजो वीडियो दी आउण वाली नवीं तों नवीं नोटिफिकेशन आप जी तक पहुंचदी रहे। जे आप जी मैनूं इंस्टाग्राम ते भी फॉलो करना चाहुंदे हो ते इह मेरी इंस्टाग्राम दी आईडी है, आप जी मैनूं इंस्टाग्राम ते भी फॉलो कर सकदे हो। सो अज जिहड़ी वाली वीडियो असीं लैके आए हां, एक वीर जी दा बड़ा कमेंट आया सी, मैनूं ओह याद दे विच नहीं रिहा क्योंकि किसी वेले हुंदा इह, बड़े जाणियां दे कमेंट आउंदे ने कि वीर जी आह सौग पर रिएक्शन दौ, आह सौग पर रिएक्शन दौ, किसी वेले गलत माफ़ करना दिमाग के निकल जाता है। सो आप जी फिर मैं दोबारा दस सकते हो एक छोटा वीर हो समझ के। सो वह वीर जी ने बड़े दिनों बाद अज फिर दोबारा कमेंट किया कि वीर जी तुहानू बहुत टाइम हो गया कहिंदे नूं तुसीं इस सौग पर रिएक्शन दो। सौग का नाम है 2% वाले, तो वह सौग है चन्नी नटन जी का। सो आओ नाल दी नाल आपां देखदे हां कि उस सौग दे विच की गल कीती, नाल दी नाल सौग दे दिया, नाल दी नाल उस सौग पर रिएक्शन देने। आओ सौग नूं देखना करिए। मजबूर करे तू गन अठाउड़ लई, जुलम ने ताड़े ने हस के टाले के सुरी झंडे ते खंडे पाले, जिथे पहुंचण ना तेरे लाले उत्ते लंगर ला रहे वाले ही जो तेरा देश बच्चा। ਗਾਣੇ ਦਾ ਪਹਿਲਾ ਪੈਰਾ ਜਿਸ ਦੇ ਵਿੱਚ ਗੱਲ ਆਉਂਦੀ ਹੈ ਕਿ ਗੱਲ ਜਿੱਥੇ ਆਉਂਦੀ ਹੈ ਭੁੱਖਿਆਂ ਨੂੰ ਅੰਨ ਖਵਾਉਣ ਵਾਸਤੇ, ਤੇ ਉੱਥੇ ਕੌਣ ਪਹੁੰਚਦਾ ਇਹ ਦੱਸੀ ਮਾੜਾ ਜਿਹਾ, ਤੇ ਜਿੱਥੇ ਤੇਰੇ ਪਹੁੰਚਣ ਨਾਲ ਲਾਲੇ ਤੇ ਉੱਥੇ ਇਹ ਜਾ ਕੇ ਲੰਗਰ ਲਾ ਲਏ ਨੇ, ਤੇ ਜਿੱਥੇ ਤੇਰੇ ਲਾਲੇ ਨਹੀਂ ਪਹੁੰਚਦੇ ਇੱਥੇ ਤੁਹਾਡੀਆਂ ਸਰਕਾਰਾਂ ਜਿੱਥੇ ਕੰਮ ਨਹੀਂ ਕਰਨੀਆਂ ਤੇ ਉੱਥੇ ਵੀ ਇਹ 2% ਵਾਲੇ ਪਹੁੰਚ ਜਾਂਦੇ ਨੇ, ਤੇ ਇਹ 2% ਵਾਲੇ ਉਹੀ ਨੇ ਜਿਹੜਾ ਤੇਰਾ ਦੇਸ਼ ਬਚਾ ਰਹੇ ਨੇ ਯਾਰ, ਜਿਹੜਾ ਤੇਰੇ ਦੇਸ਼ ਬਚਾ ਰਹੇ ਨੇ ਉਹ 2% ਵਾਲੇ ਨੇ ਯਾਰ, ਜਿਹੜਾ ਲੰਗਰ ਲਾ ਰਹੇ ਨੇ, ਜਿਹੜਾ ਭੁੱਖਿਆਂ ਦੇ ਅੱਗੇ ਹਮੇਸ਼ਾ ਅੱਗੇ ਵੱਧਦੇ ਨੇ, ਭਾਵੇਂ ਕਿਤੇ ਸੁਨਾਮੀ ਆ ਜਾਵੇ, ਭਾਵੇਂ ਕਿਤੇ ਭੁਚਾਲ ਆ ਜਾਵੇ, ਭਾਵੇਂ ਜੋ ਮਰਜ਼ੀ ਹੋ ਜਾਵੇ, ਅਤੇ ਇਹ 2% ਵਾਲੇ ਅੱਗੇ ਲੱਗ ਕੇ ਖੜ੍ਹਦੇ ਨੇ ਯਾਰ, ਹਿੰਮਤ ਨਹੀਂ ਹਾਰਦੇ। ਅਤੇ ਇਹ ਸਾਨੂੰ ਗੁੜਤੀਆਂ ਸਾਡੇ ਗੁਰੂਆਂ ਤੋਂ ਮਿਲੀਆਂ ਹੋਈਆਂ ਨੇ ਯਾਰ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਯਾਰ, ਅਤੇ ਅਸੀਂ ਜਿੱਥੇ ਗਿਆਨ ਲੈਣਾ, ਅਕਲ ਲੈਣਾ, ਉੱਥੇ ਸੇਵਾ ਭਾਵਨਾ ਵੀ ਰੱਖਦੇ ਹਾਂ ਯਾਰ। ਇਹੀ 2% ਵਾਲੇ ਜਿਹੜੇ ਤੈਨੂੰ ਚੁੱਭਦੇ ਵਾਲੇ ਨੇ, ਜਦੋਂ ਯਾਰ ਸਰਕਾਰਾਂ ਕੁਝ ਆਪ ਨਹੀਂ ਨਾ ਕਰ ਪਾਉਂਦੀਆਂ ਅਤੇ ਦੂਜਾ ਕੋਈ ਕੰਮ ਕਰ ਦਿੰਦਾ ਨਾ ਉਹਨਾਂ ਵੰਡੇ ਦਾ, ਅਤੇ ਉਹ ਕਹਿੰਦੇ ਨੇ ਯਾਰ ਇਹ ਸਾਨੂੰ ਸਰਕਾਰਾਂ ਨੂੰ ਵੀ ਪਿੱਛੇ ਛੱਡ ਜਾਣਗੇ, ਅਤੇ ਉਹਨਾਂ ਨੂੰ ਫਿਰ ਉਹ ਚੁੱਭਦੇ ਨੇ 2% ਵਾਲੇ। ਅਤੇ ਗਾਜ਼ੀਆਬਾਦ ਦੀ ਯੂਪੀ ਦੇ ਵਿੱਚ ਗੱਲ ਹੈ, ਜਿੱਥੇ ਆਕਸੀਜਨ ਦੇ ਸਿਲੰਡਰ ਗੁਰਦੁਆਰੇ ਦੇ ਵਿੱਚ ਦਿੱਤੇ ਜਾਂਦੇ ਸੀ, ਅਤੇ ਉੱਥੇ ਆ ਕੇ ਪੁਲਿਸ ਨੇ ਉਹ ਸਿਲੰਡਰ ਉਹਨਾਂ ਗੁਰਦੁਆਰਿਆਂ ਦੇ ਵਿੱਚੋਂ ਚੁੱਕ ਲਿੱਤੇ, ਕਹਿਣ ਲੱਗੇ ਕਿ ਸਰ ਗੌਰਮੈਂਟ ਸਰਕਾਰ ਇਹ ਆਕਸੀਜਨ ਤੁਹਾਨੂੰ ਖੁਦ ਦੇਵੇਗੀ, ਤੁਸੀਂ ਫ੍ਰੀ ਨਹੀਂ ਵੰਡ ਸਕਦੇ। ਯਾਰ ਇਹ ਕਿੱਥੋਂ ਦਾ ਅਸੂਲ ਹੈ ਯਾਰ, ਜੇ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਤੁਸੀਂ ਉਹਨਾਂ ਕੋਲ ਧੱਕੇ ਦੇ ਨਾਲ ਸੇਵਾ ਵੀ ਖੋਲੋਗੇ। ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ। ਉਹ ਜਿਹੜੀ ਹਰੀ ਹੁੰਦੀ ਆ ਵੱਢ ਜਾਣ ਪਿੱਛੋਂ, ਉਹ ਐਸੀ ਅਣਖਾਂ ਦੀ ਪੈਦਾ ਇੱਕ ਫਸਲ ਹੋਈ, ਜਿਹਨੂੰ ਰੋੜਦੇ ਰੁੜ ਗਏ ਨੇ ਵੈਰੀ ਲੱਖਾਂ, ਲੱਖ ਕੋਸ਼ਿਸ਼ਾਂ ਬਾਅਦ ਬਿਨਾਂ ਮਸਲ ਹੋਈ, ਖੱਲਾਂ ਪਾਈਆਂ ਨੇ ਲੱਖਾਂ ਉਹ ਭਾਵੇਂ ਲੂਬੜਾਂ ਨੇ, ਪਰ ਸ਼ੇਰਾਂ ਦੀ ਕਿੱਥੋਂ ਆ ਦੱਸ ਨਕਲ ਹੋਈ, ਜਿਹੜੀ ਕਰਜੇ ਖਤਮ ਵਜੂਦ ਉਹਦਾ, ਉਹ ਤੂੰ ਭੁੱਲ ਜਾ ਪੈਦਾ ਨੀ ਅਜੇ ਨਸਲ ਹੋਈ। ਬੜੀ ਸੋਹਣੀ ਇਸ ਸ਼ਾਇਰ ਦੇ ਵਿੱਚ ਗੱਲ ਕੀਤੀ ਹੈ ਕਿ ਯਾਰ ਜੇ ਕੋਈ ਖੱਲ ਪਾ ਵੀ ਲੈਂਦਾ ਹੈ ਨਾ ਸ਼ੇਰਾਂ ਦੀ, ਤਾਂ ਯਾਰ ਸ਼ੇਰਾਂ ਦੀ ਨਕਲ ਨਹੀਂ ਕਰ ਸਕਦੇ ਤੁਸੀਂ। ਯਾਰ ਕਈ ਹੁੰਦੇ ਨੇ ਸਰਕਾਰਾਂ ਨੇ ਦਾੜੇ ਰੱਖੇ ਹੁੰਦੇ ਨੇ, ਪੱਗਾਂ ਸਿਰ 'ਤੇ ਬੰਦੀਆਂ ਹੁੰਦੀਆਂ ਨੇ, ਪਰ ਸਿੱਖਾਂ ਦੀ ਨਕਲ ਉਦੋਂ ਕਿੱਥੋਂ ਕਰ ਜੋਗੇ ਯਾਰ। ਹੁਣ ਸਾਡੀਆਂ ਸਰਕਾਰਾਂ ਵੀ ਨੇ ਜਿਨ੍ਹਾਂ ਨੇ ਆਹ ਦਾੜੇ ਰੱਖੇ ਹੋਏ ਨੇ, ਪੱਗਾਂ ਬੰਨੀਆਂ ਹੋਈਆਂ ਨੇ, ਪਰ ਕੰਮ ਜਿਹੜੇ ਗਰਦਾਰੀਆਂ ਵਾਲੇ ਕਰਦੇ ਨੇ, ਉਹ ਕੌਮ ਨੂੰ ਲੁੱਟਣ ਵਾਲਾ ਕਰਦੇ ਨੇ, ਪਰ ਉਹ ਕਿਸ ਤਰ੍ਹਾਂ ਤੁਸੀਂ ਬਣ ਸਕਦੇ ਹੋ ਯਾਰ? ਸ਼ੇਰ ਸ਼ੇਰ ਹੀ ਹੁੰਦਾ ਹੈ, ਅਤੇ ਸ਼ੇਰ ਦੀ ਖੱਲ ਪਾ ਕੇ ਕਿਤੇ ਤੁਸੀਂ ਸ਼ੇਰ ਨਹੀਂ ਬਣ ਜਾਓਗੇ, ਦਾੜੀ ਕੇਸ ਰੱਖ ਕੇ ਕਿਤੇ ਸਿੱਖ ਨਹੀਂ ਬਣ ਜਾਓਗੇ। ਸਿੱਖ ਬਣਨਾ ਆਉਂਦੀ ਹੈ ਗੁਰਬਾਣੀ, ਸਿੱਖੀ ਸਿੱਖਿਆ ਗੁਰਵਿਚਾਰ, ਕਿ ਜਿਹੜੀ ਗੁਰੂ ਦੀ ਵਿਚਾਰ ਵੀ ਅੰਦਰ ਹੋਵੇ, ਜਿਹਦੇ ਅੰਦਰ ਗਿਆਨ ਵੀ ਹੋਵੇ, ਅਕਲ ਵੀ ਹੋਵੇ, ਸਮਝ ਵੀ ਹੋਵੇ, ਅਤੇ ਸਮਝ ਲੈ ਕੇ ਜਿਹੜਾ ਕੰਮ ਕਰਦਾ ਡਿਸੀਜਨ ਲੈਂਦਾ ਹੈ, ਉਹੀ ਅਸਲੀ ਸਿੱਖ ਹੈ। ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ। ਚੁੱਪ ਦੇਖੀ ਤੂੰ ਰੁੱਖ ਹਵਾ ਦੇ ਚੇਂਜ ਕਰ ਦਿਆਂਗੇ, ਜੇ ਪੱਗ ਹੱਥ ਪਾਇਆ ਛਾਤੀ ਦੇ ਵਿੱਚ ਰੌਂਦ ਬਾਰਾ ਗੇਂਜ ਭਰ ਦਿਆਂਗੇ, ਰੰਗਦਾਰ ਹਵਾਰੇ ਸਦਾ ਕਰ ਪੂਰੀ ਬੇ ਕਿਉਂ ਤੂੰ ਲਾਏ ਤਾਲੇ ਨੇ, ਕਿਉਂ ਤੇਰੇ ਦਿਲ ਘਬਰਾ ਰਹੇ ਨੇ। ਚੁੱਪ ਦੇ
ਜਿਸ ਦੇ ਵਿੱਚ ਗੱਲ ਕੀਤੀ ਹੈ ਕਿ ਜੇ ਹਵਾ ਦਾ ਰੁੱਖ ਚੇਂਜ ਕਰ ਦੇਂਗੇ ਜੇ ਤੂੰ ਪੱਗ ਨੂੰ ਹੱਥ ਪਾਵੇਂਗੀ ਯਾਰ ਜੇ ਕਿਸੇ ਦੀ ਪੱਗ ਨੂੰ ਜੇ ਕਿਸੇ ਦੀ ਇੱਜ਼ਤ ਨੂੰ ਹੱਥ ਪਾਓਗੇ ਨਾ ਤਾਂ ਅਗਲਾ ਬੰਦਾ ਉਹ ਸਹੇਗਾ ਨਹੀਂ ਕਦੇ ਵੀ ਤਾਰ ਹਵਾਰੇ ਸਜਾ ਕਰ ਪੂਰੀ ਕਿਉਂ ਤੂੰ ਤਾਲੇ ਲਾਏ ਨੇ ਯਾਰ ਕਈ ਇਹੋ ਜਿਹੇ ਸਿੰਘ ਨੇ ਜਿਨ੍ਹਾਂ ਦੀਆਂ ਸਜਾਵਾਂ ਵੀ ਪੂਰੀਆਂ ਹੋ ਗਈਆਂ ਹੋਈਆਂ ਨੇ ਪਰ ਫਿਰ ਵੀ ਤੁਸੀਂ ਤਾਲੇ ਲਾ ਕੇ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੇ ਫਿਰ ਵੀ ਜੇਲ੍ਹਾਂ ਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਕੀ ਕਸੂਰ ਹੈ ਯਾਰ ਉਹਨਾਂ ਦਾ ਯਾਰ ਕਿਉਂ ਤੇਰੇ ਦਿਲ ਘਬਰਾ ਰਹੇ ਨੇ ਕਿ ਕਿਉਂ ਘਬਰਾਉਂਦੇ ਹੋ ਯਾਰ ਬਾਹਰ ਕੱਢਣ ਤੋਂ ਕਿਸੇ ਨੂੰ ਪਤਾ ਹੀ ਯਾਰ ਉਹ ਹੱਕਾਂ ਵਾਸਤੇ ਖੜਦੇ ਨੇ ਉਹ ਹੱਕਾਂ ਵਾਸਤੇ ਲੜਦੇ ਨੇ ਤੇ ਇਹੀ 2% ਵਾਲੇ ਨੇ ਜਿਹੜਾ ਤੇਰਾ ਦੇਸ਼ ਬਚਾ ਰਹੇ ਨੇ ਇਹੀ 2% ਵਾਲੇ ਜਿਹੜੇ ਲੰਗਰ ਲਾ ਰਹੇ ਤੇ ਉਹੀ ਤੈਨੂੰ ਚੁਭਦੇ ਨੇ ਯਾਰ ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ ਭਾਰਤ ਦੀ ਸੰਸਕ੍ਰਿਤ ਦੀ ਰੱਖਿਆ ਕਰਨੇ ਨੇ ਸਭ ਬੜਾ ਯੋਗਦਾਨ ਯਦੀ ਕਿਸੇ ਦਾ ਹੈ ਤਾਂ ਸਿੱਖ ਧਰਮ ਕੇ ਮੰਨਣ ਵਾਲੇ ਲੋਕਾਂ ਦਾ ਸਭ ਬੜਾ ਯੋਗਦਾਨ ਕਹਿੰਦੇ ਡਿੱਗੂਗਾ ਤੇ ਰੱਖ ਦਿੱਤੇ ਧਰਤੀ ਹਿੱਲੂ ਸਿੰਘ ਟੈਰ ਪਾ ਕੇ ਸਾੜੋ ਤੁਸੀਂ ਭਾਸ਼ਣ ਦਿੱਤੇ ਪਰ ਧਰਮ ਆ ਦੂਜਾ ਪਹਿਲੀ ਇਨਸਾਨੀਅਤ ਤਾਹੀ ਬਿਨਾ ਦੇਖੇ ਜਾਤ ਪਾਤ ਰਾਸ਼ਣ ਦਿੱਤੇ ਫੜੀ ਵੈਰੀ ਨੂੰ ਵੀ ਦੇਣਾ ਸਿੱਖਿਆ ਏ ਗੁਰੂ ਦੀ ਮੁਕਾਇਆ ਵੀ ਨਾ ਮੁੱਕੇ ਰਜ਼ਾ ਵਾਹੇ ਗੁਰੂ ਦੀ ਕਹਿੰਦੇ ਮੁੱਲ ਕਿਆ ਸੇਬ ਜਿੱਥੇ ਗੁਰੂ ਘਰ ਦੇ ਪਾਏ ਗੋਰੇ ਕਾਲੇ ਜਿੱਥੇ ਰਹਿੰਦੇ ਡਰ ਡਰਦੇ ਇਹ ਉੱਥੇ ਹੱਥ ਵੰਡਾ ਰਹੇ ਨੇ ਥਾਂ ਥਾਂ ਤੇ ਲੰਗਰ ਲਾ ਰਹੇ ਨੇ ਕਿਰਤ ਤੋਂ ਬੋਲ ਲਖਾ ਲਏ ਨੇ ਆਡੀ ਬਿਨਾ ਖੌਫ ਦੇ ਗਾ ਲਏ ਨੇ ਚੰਨੀ ਨੱਤਾ ਹੋਣੀ ਫਰਜ਼ ਨਿਭਾ ਰਹੇ ਨੇ ਜੋ ਸ਼ੁਰੂ ਕੀਤਾ ਪਿੰਡਰਾ ਵਾਲੇ ਨੇ ਕਿਉਂਕਿ ਸਿੱਖੀ ਸਰੂਪ ਨੂੰ ਖਤਮ ਕਰਨ ਵਾਲੀਆਂ ਬਹੁਤ ਹਕੂਮਤਾਂ ਹੋ ਗੁਜ਼ਰੀਆਂ ਇਹਨੇ ਵੀ ਉਸੇ ਤਰ੍ਹਾਂ ਚਲੀ ਜਾਣਾ ਗਾਣੇ ਦਾ ਅਗਲਾ ਪੈਰਾ ਜਿਹਦੇ ਵਿੱਚ ਗੱਲ ਕੀਤੀ ਹੈ ਕਿ ਕਹਿੰਦੇ ਸੀ ਡਿੱਗੂਗਾ ਦਰਖਤ ਧਰਤੀ ਹਿੱਲੂ ਸਿੰਘ ਟੈਰ ਪਾ ਕੇ ਗਲਿਆਂ 'ਚ ਤੁਸੀਂ ਸਾੜੇ ਨੇ ਯਾਰ ਤੁਸੀਂ ਭਾਸ਼ਣ ਦਿੱਤੇ ਸੀ ਉਹ 84 ਤੋਂ ਬਾਅਦ ਜਦੋਂ ਇੰਦਰਾ 'ਤੇ ਅਟੈਕ ਹੋਇਆ ਸੀ ਉਹ ਤੋਂ ਬਾਅਦ ਤੁਸੀਂ ਗਲਿਆਂ 'ਚ ਪਾ ਕੇ 31 ਅਕਤੂਬਰ ਉਹ ਕਿਵੇਂ ਭੁੱਲ ਜਾਊਗੇ ਸਿੱਖ ਯਾਰ ਸ਼ਰੇਆਮ ਦਿੱਲੀ 'ਚ ਕਤਲੇਆਮ ਹੋਇਆ ਇਕੱਲੇ ਸਿੱਖਾਂ ਦਾ ਨਹੀਂ ਯਾਰ ਹਿੰਦੂ ਵੀਰਾਂ ਨੂੰ ਵੀ ਕਈ ਇਨਸਾਨੀਅਤ ਦੇ ਨਾਤੇ ਯਾਰ ਤੁਸੀਂ ਗਲਾਂ 'ਚ ਪਾ ਪਾ ਕੇ ਟੈਰ ਸਾੜ ਦਿੱਤੇ ਸੀ ਸਿੱਖ ਯਾਰ ਕੀ ਕਸੂਰ ਸੀ ਉਹ ਮਜ਼ਲੂਮਾਂ ਦਾ ਯਾਰ ਤੁਸੀਂ ਉਹਨਾਂ ਨੂੰ ਬੇਕਸੂਰਿਆਂ ਨੂੰ ਤੁਸੀਂ ਟਾਇਰ ਗਲਾਂ 'ਚ ਪਾ ਕੇ ਸਾੜ ਦਿੱਤਾ ਯਾਰ ਗੱਲ ਕੀਤੀ ਹੈ ਪਹਿਲਾਂ ਧਰਮ ਦੂਜਾ ਅਤੇ ਇਨਸਾਨੀਅਤ ਪਹਿਲਾਂ ਇਨਸਾਨੀਅਤ ਹੀ ਪਹਿਲਾਂ ਯਾਰ ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਬਾਣੀ ਕਹਿੰਦੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਕਰ ਚੰਗੇ ਕਰਮ ਕਰ ਅਤੇ ਚੰਗਾ ਧਰਮੀ ਬਣ ਦੇਖ ਜਾਤ ਪਾਤ ਤੋਂ ਰਾਸ਼ਨ ਦਿੱਤੇ ਯਾਰ ਜਦੋਂ ਕਿਸੇ 'ਤੇ ਸੁਨਾਮੀ ਆਈ ਨਾ ਯਾਰ ਜਦੋਂ ਕਿਤੇ 'ਤੇ ਤੂਫਾਨ ਆਇਆ ਕਿਤੇ ਵੀ ਹੜ੍ਹ ਆਏ ਤਾਂ ਯਾਰ ਜੇ ਸਿੱਖ ਉੱਥੇ ਪਹੁੰਚਦੇ ਸੀ ਨਾ ਤਾਂ ਇਹ ਨਹੀਂ ਪੁੱਛਦੇ ਤੁਹਾਡੀ ਜਾਤ ਕੀ ਹੈ ਯਾਰ ਤੁਹਾਡਾ ਮਜ਼ਹਬ ਕੀ ਹੈ ਤੁਹਾਨੂੰ ਲੰਗਰ ਦੇਣਾ ਕਿ ਨਹੀਂ ਦੇਣਾ ਅੱਜ ਵੀ ਹਰਿਮੰਦਰ ਸਾਹਿਬ ਜਾ ਕੇ ਦੇਖ ਲਓ ਚਾਰ ਦਰਵਾਜ਼ੇ ਨੇ ਉੱਥੇ ਚਾਰਾਂ ਨੂੰ ਉਪਦੇਸ਼ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਵਰਨਾ ਕੋ ਸਾਂਝਾ ਕਿ ਸਾਂਝਾ ਉਪਦੇਸ਼ ਹੈ ਇੱਥੇ ਕੋਈ ਵੀ ਕਿਸੇ ਮਜ਼ਹਬ ਦਾ ਵੀ ਆ ਸਕਦਾ ਹੈ ਕਿਸੇ ਨੂੰ ਵੀ ਮਨਾਹੀ ਨਹੀਂ ਹੈ ਉੱਥੇ ਇਹ ਤਾਂ ਉਹ ਸਿੱਖ ਨੇ ਜਿਹੜੇ ਯਾਰ ਵੈਰੀਆਂ ਨੂੰ ਵੀ ਪਾਣੀ ਪੜਾਉਂਦੇ ਨੇ ਭਾਈ ਘਨੱਈਆ ਜੀ ਵਰਗੇ ਜਿਹੜੇ ਯਾਰ ਵੈਰੀ ਵੀ ਆਉਂਦੇ ਸੀ ਨਾ ਤੇ ਉਹਨੂੰ ਵੀ ਜਲ ਛਕਾਉਂਦੇ ਸੀ ਯਾਰ ਉਹਨੂੰ ਵੀ ਪ੍ਰਸ਼ਾਦਾ ਛਕਾਉਂਦੇ ਸੀ ਕਹਿੰਦੇ ਮੁਲਕ ਆ ਸੇਫ ਜਿੱਥੇ ਗੁਰੂ ਘਰ ਨੇ ਮੈਂ ਇਹ ਕਹਿੰਦਾ ਹੁੰਦਾ ਕਿ ਸੇਫ ਜਿਹੜਾ ਅਸੀਂ ਹੋਣਾ ਹੈ ਉਹ ਗੁਰੂ ਦੀ ਸੋਚ ਦੇ ਨਾਲ ਹੋਣਾ ਹੈ ਜਿੱਥੇ ਗੁਰਦੁਆਰਾ ਵੀ ਹੈ ਨਾ ਤੇ ਗੁਰਦੁਆਰੇ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ ਉਹ ਸੋਚ ਨੂੰ ਵੀ ਆਪਣੇ ਅੰਦਰ ਲੈ ਕੇ ਆਓਗੇ ਤੇ ਸੇਫ ਰਹੋਗੇ ਯਾਰ ਜ਼ਿੰਦਗੀ ਦੇ ਵਿੱਚ ਚੰਗੇ ਬਣਨਾ ਸਿੱਖੋ ਯਾਰ ਅਕਲ ਲਓ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਪਾਓ ਵਿੱਚ ਸੋਹਣਾ ਬਣ ਜਾਓਗੇ ਸੁਚੱਜੇ ਬਣ ਜਾਓ ਕੋਰੇ ਕਾਲੇ ਆਪਸ ਦੇ ਵਿੱਚ ਰਹਿੰਦੇ ਨੇ ਨਾ ਤੇ ਉੱਥੇ ਵੀ ਜਾ ਕੇ ਹੱਥ ਵਟਾਰੇ ਨੇ ਉੱਥੇ ਵੀ ਜਾ ਕੇ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਤੋਂ ਵੱਖਰੇ ਹੋ ਅਸੀਂ ਵੱਖਰੇ ਹਾਂ ਯਾਰ ਦੇਖੋ ਗੁਰਬਾਣੀ ਨੇ ਸਾਨੂੰ ਜਾਤਾਂ ਪਾਤਾਂ ਵਿੱਚ ਊਚ ਨੀਚ ਦੀ ਭਾਵਨਾ ਨਹੀਂ ਸਿਖਾਈ ਵਧੀਆ ਅੱਗੇ ਗੱਲ ਕੀਤੀ ਹੈ ਕਿ ਬੜੇ ਜਾਣੇ ਸਿੱਖੀ ਸਰੂਪ ਨੂੰ ਖਤਮ ਕਰਨ ਵਾਲੇ ਆਏ ਯਾਰ ਪਰ ਮੈਂ ਇੰਨੀ ਗੱਲ ਕਹਿੰਦਾ ਹੁੰਦਾ ਕਿ ਯਾਰ ਤੁਸੀਂ ਬੰਦੇ ਨੂੰ ਖਤਮ ਕਰ ਲਓਗੇ ਪਰ ਬੰਦੇ ਦੀ ਸੋਚ ਨੂੰ ਕਿੱਥੇ ਖਤਮ ਕਰੋਗੇ ਬੰਦਾ ਮਾਰ ਲਓਗੇ ਬੰਦੇ ਦੀ ਸੋਚ ਨੂੰ ਕਦੇ ਨਹੀਂ ਮਾਰ ਸਕਦੇ ਆਓ ਸੌਂਗ ਨੂੰ ਅੱਗੇ ਦੇਖਣਾ ਕਰੀਏ ਉਹ ਜਦ ਭੀੜ ਪਈ ਤੇਰੇ ਦੇਸ਼ ਤੇ ਮੈਂ ਤੈਨੂੰ ਹਿੰਦ ਦੀ ਚਾਦਰ ਥੱਲੇ ਲਕਾਇਆ ਮੇਰੇ ਪੁੱਤਾਂ ਤੇਰੇ ਦੇਸ਼ ਦੀ ਰਾਖੀ ਕੀਤੀ ਇੱਕ ਵਾਰ ਨਹੀਂ ਤੈਨੂੰ ਵਾਰ ਵਾਰ ਬਚਾਇਆ ਆਪ ਭੁੱਖੇ ਆਹੇ ਲੜਕਦੇ ਫਿਰ ਵੀ ਅੰਨਦਾਤਾ ਬਣ ਕੇ ਤੈਨੂੰ ਰਜਾਇਆ ਮੇਰੀ ਬੋਲੀ ਤੇ ਮੇਰਾ ਪਾਣੀ ਵੰਡਿਆ ਤੈਨੂੰ ਪੋਰਾ ਤਰਸ ਨਾ ਆਇਆ ਉਹ ਰੂਸ ਤੋਂ ਬਣਾਇਆ ਅਸਲਾ ਪੁੱਛਦੀ ਫਿਰੇ ਅਨੰਦਪੁਰ ਵਾਲਿਆਂ ਦੇ ਹੱਥ ਕਿਵੇਂ ਆਇਆ
ਇਹ ਸੀ ਗਾਣੇ ਦਾ ਲਾਸਟ ਪੈਰਾ ਜਿਸ ਦੇ ਵਿੱਚ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਦ ਭੀੜ ਪਈ ਸੀ ਦੇਸ਼ 'ਤੇ ਮੈਂ ਹਿੰਦ ਦੀ ਚਾਦਰ ਦੇ ਹੇਠ ਤੈਨੂੰ ਲਿਖਾਇਆ। ਉਸ ਵਕਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਦੇਖੋ ਅਸੀਂ ਹਿੰਦ ਦੀ ਚਾਦਰ ਨਹੀਂ ਇੱਥੇ ਕਹਿ ਸਕਦੇ ਕਿਉਂਕਿ ਅਸੀਂ ਉਸ ਹਿੰਦੁਸਤਾਨ ਇੱਕ ਦਾਇਰੇ ਤੱਕ ਸੀਮਤ ਹੈ, ਇਸ ਕਰਕੇ ਉਹ ਸਾਰੀ ਸਮੁੱਚੀ ਕਾਇਨਾਤ ਦੀ ਚਾਦਰ ਸਨ ਯਾਰ। ਉਹ ਤਾਂ ਸਾਡੇ ਅੰਦਰ ਸੋਚ ਭਰਨਾ ਚਾਹੁੰਦੇ ਸੀ ਕਿ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਨ ਤਾਨ, ਕਿ ਨਾ ਕਿਸੇ ਕੋ ਡਰੋ ਅਤੇ ਨਾ ਕਿਸੇ ਨੂੰ ਡਰਾਓ ਯਾਰ। ਜੇ ਤੁਹਾਡੇ 'ਤੇ ਕੋਈ ਜ਼ੁਲਮ ਕਰਦਾ ਉਹਦਾ ਟਾਕਰਾ ਕਰੋ, ਉਹਦਾ ਸਾਹਮਣਾ ਕਰੋ। ਉਹ ਸਾਹਮਣਾ ਕਰਨੀ ਸਿਖਾਉਣ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸ਼ਹੀਦੀ ਦੇਣੀ ਪਈ ਸੀ ਸਾਡੇ ਅੰਦਰ ਸਪਿਰਿਟ ਭਰਨ ਵਾਸਤੇ। ਅਤੇ ਮੇਰੇ ਪੁੱਤਾਂ ਨੇ ਤੇਰੇ ਦੇਸ਼ ਦੀ ਰਾਖੀ ਕੀਤੀ, ਇੱਕ ਵਾਰ ਨਹੀਂ ਤੈਨੂੰ ਵਾਰ ਵਾਰ ਬਚਾਇਆ। ਅਤੇ ਕਈ ਮੁਗਲ ਕਈ ਆਉਂਦੇ ਸੀ ਜਿਹੜੇ ਲੁੱਟਣ ਆਉਂਦੇ ਸੀ ਦਿੱਲੀ ਨੂੰ, ਇਸ ਪੰਜਾਬ ਨੂੰ, ਪਰ ਉਹ ਯਾਰ ਸਿੱਖਾਂ ਨੇ ਜਿਹੜਾ ਉਹਨਾਂ ਨੇ ਮੁਗਲਾਂ ਤੋਂ ਉਹਨਾਂ ਨੂੰ ਬਚਾਇਆ ਯਾਰ। ਕਈਆਂ ਇੱਜ਼ਤਾਂ ਬਚਾਈਆਂ, ਕਈਆਂ ਦੇ ਘਰ ਜਿਹੜੇ ਉਹਨਾਂ ਨੇ ਸਵਾਰੇ ਆ। ਆਪ ਭੁੱਖੇ ਤੇ ਹਾਏ ਲਟਕਦੇ ਫਿਰ ਵੀ ਅੰਨਦਾਤਾ ਬਣ ਕੇ ਤੈਨੂੰ ਬਚਾਇਆ। ਆਪ ਭੁੱਖੇ ਰਹਿ ਲੈਂਦੇ ਸੀ ਯਾਰ, ਕਿਸੇ ਨੂੰ ਰਜਾ ਦਿੰਦੇ ਸੀ ਯਾਰ, ਇਹੋ ਜਿਹੀ ਕੌਮ ਸੀ ਉਹ। ਅਤੇ ਮੇਰੀ ਬੋਲੀ ਅਤੇ ਮੇਰਾ ਪਾਣੀ ਵੰਡਿਆ ਤੈਨੂੰ ਭੋਰਾ ਤਰਸਣ ਆਇਆ ਯਾਰ। ਮੇਰੀ ਬੋਲੀ ਵੰਡ ਕੇ ਰੱਖ ਦਿੱਤੀ ਯਾਰ, ਪੰਜਾਬੀ ਨੂੰ ਵੰਡ ਕੇ ਰੱਖ ਦਿੱਤਾ ਯਾਰ। ਪੰਜਾਬੀ ਪੰਜਾਬ ਦੇ ਵਿੱਚ ਹੀ ਕਈ ਸਕੂਲਾਂ ਦੇ ਵਿੱਚ ਬੈਨ ਕਰ ਦਿੱਤੀ ਯਾਰ। ਅਤੇ ਤੈਨੂੰ ਭੋਰਾ ਤਰਸਣ ਆਇਆ, ਸਾਡੇ ਪੰਜਾਬ ਨੂੰ ਦੋ ਟੁਕੜੇ ਕਰ ਦਿੱਤੇ ਯਾਰ, ਪਾਕਿਸਤਾਨ ਵੱਖ ਬਣਾ ਦਿੱਤਾ, ਹਿੰਦੁਸਤਾਨ ਵੱਖ ਬਣਾ ਦਿੱਤਾ। ਕਿੰਨਾ ਨੇ ਬਣਾਇਆ ਯਾਰ, ਇਹ ਸਰਕਾਰੀ ਨੇਤਿਆਂ ਨੇ ਯਾਰ, ਕਿੰਨਾ ਨੇ ਬਣਾਇਆ ਯਾਰ, ਸਰਕਾਰੀ ਚੌਧਰਦਾਰੀਆਂ ਨੇ ਯਾਰ ਇਹਨਾਂ। ਇਹ 2% ਵਾਲੇ ਨੇ ਜਿਹੜੇ ਤੇਰੀ ਦੇਸ਼ ਨੂੰ ਬਚਾ ਰਹੇ ਨੇ ਯਾਰ। ਅਤੇ ਇਸ ਕਰਕੇ ਜਿਹੜੇ ਦੇਸ਼ ਨੂੰ ਬਚਾ ਰਹੇ ਨੇ, ਮੈਂ ਇਹੀ ਕਹਿੰਦਾ, ਜਿੱਥੇ ਅਸੀਂ ਬਾਹਰ ਦਾ ਪਹਿਰਾਵਾ ਸਿੱਖੀ ਸਰੂਪ 'ਚ ਲੈ ਕੇ ਆਉਣਾ, ਸਰਦਾਰ ਬਣਨਾ, ਉੱਥੇ ਸਰਦਾਰ ਦੇ ਨਾਲ ਨਾਲ ਸਾਡਾ ਕਿਰਦਾਰ ਵੀ ਉੱਚਾ ਸੁੱਚਾ ਹੋਵੇ, ਸਾਡੇ ਕੋਲ ਸਮਝ ਵੀ ਹੋਵੇ, ਅਕਲ ਵੀ ਹੋਵੇ, ਸਾਡੀ ਕੋਮਨ ਸੈਂਸ ਵੀ ਹੋਵੇ, ਅਸੀਂ ਕਿਸ ਮਾਹੌਲ ਵਿੱਚ ਕਿਵੇਂ ਦਾ ਡਿਸੀਜਨ ਲੈਣਾ ਹੈ, ਸਾਡੇ ਕੋਲ ਇੰਨੀ ਅਕਲ ਹੋਵੇ, ਇੰਨੀ ਸੂਝ ਹੋਵੇ ਸਾਡੇ ਕੋਲ। ਸੋ ਬਹੁਤ ਵਧੀਆ ਇਹ ਸੌਂਗ ਸੀ। ਆਪ ਜੀ ਨੂੰ ਇਹ ਸੌਂਗ ਦਾ ਕਿਵੇਂ ਦਾ ਲੱਗਾ ਆਪ ਜੀ ਦੱਸਣਾ ਕਰਨਾ, ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਆਪ ਜੀ ਉਹ ਵੀ ਦੱਸਣਾ ਕਰਨਾ। ਜੇ ਆਪ ਜੀ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਉ, ਬੈਲ ਆਈਕਨ ਦਾ ਬਟਨ ਦਬਾ ਦਿਉ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਹੈ ਆਪ ਜੀ ਤੱਕ ਪਹੁੰਚ ਜਾਵੇ। ਜੇ ਸੋ ਅਗਲੀ ਵੀਡੀਓ ਬਹੁਤ ਜਲਦੀ ਲੈ ਕੇ ਮਿਲਦੇ ਹਾਂ, ਉਦੋਂ ਤੱਕ ਲਈ ਸਤਿ